ਇੱਕ ਨਿਹੰਗ ਸਿੰਘ ਦੇ ਵੱਲੋਂ ਨੌਜਵਾਨ ਦਾ ਘਰ ਦੇ ਵਿੱਚ ਵੜ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ। ਤਲਵਾਰ ਦੇ ਨਾਲ ਕਈ ਵਾਰ ਉਸਦੇ ਉੱਤੇ ਕੀਤੇ ਗਏ ਨੇ, ਜਿਸ ਦੇ ਕਾਰਨ 30 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਤਾਂ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਹੈ। ਦੱਸਦੀਏ ਕਿ ਇੱਕ ਨਿਹੰਗ ਸਿੰਘ ਦੇ ਵੱਲੋਂ ਇੱਕ ਨੌਜਵਾਨ ਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ। ਘਰ ਦੇ ਵਿੱਚ ਵੜ ਕੇ ਨਿਹੰਗ ਸਿੰਘ ਨੇ ਉਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਰਾਣੀ ਰੰਜਿਸ਼ ਇਸ ਦੇ ਪਿੱਛੇ ਵਜ੍ਹਾ ਦੱਸੀ ਜਾ ਰਹੀ ਹੈ। ਦੱਸਦੀਏ ਕਿ ਅੰਮ੍ਰਿਤਸਰ ਦੇ ਵਿੱਚ ਇਹ ਕਾਨੂੰਨ ਵਿਵਸਥਾ ਹੁਣ ਡਗਮਗਾਉਂਦੀ ਨਜ਼ਰ ਆ ਰਹੀ ਹੈ। ਲੋਕਾਂ ਦੇ ਮਨਾਂ ਵਿੱਚ ਪੁਲਿਸ ਦਾ ਡਰ ਖੌਫ ਨਜ਼ਰ ਨਹੀਂ ਆ ਰਿਹਾ। ਆਏ ਦਿਨ ਹੀ ਗੋਲੀਆਂ ਚੱਲਣ ਅਤੇ ਵੱਡੀਆਂ ਵਾਰਦਾਤਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਬਲਾਕ ਵੇਰਕਾ ਅਧੀਨ ਆਉਂਦੇ ਪਿੰਡ ਜਹਾਂਗੀਰ ਦਾ ਹੈ, ਜਿੱਥੇ ਕਿ ਇੱਕ ਨਿਹੰਗ ਸਿੰਘ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਨਿਹੰਗ ਸੁਖਦੇਵ ਸਿੰਘ ਨੇ ਪਿੰਡ ਦੇ ਵਿੱਚ ਹੀ ਮਲਕੀਤ ਸਿੰਘ ਨਾਮਕ ਨੌਜਵਾਨ ਦੇ ਘਰ ਵਿੱਚ ਵੜ ਕੇ ਉਸ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰਕੇ ਤਲਵਾਰਾਂ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ, ਜਿਸ ਦੇ ਚੱਲਦਿਆਂ ਬੀਤੀ ਰਾਤ ਨੂੰ ਜਦੋਂ ਨਿਹੰਗ ਸਿੰਘ ਇਸ ਨੌਜਵਾਨ ਦੇ ਘਰੇ ਆਉਂਦਾ ਤਾਂ ਆਉਂਦੇ ਸਾਰ ਹੀ ਨੌਜਵਾਨ ਦੇ ਉੱਤੇ ਹਮਲਾ ਕਰ ਦਿੰਦਾ, ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਹੈ। ਹਾਲਾਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੋ ਨਿਹੰਗ ਸਿੰਘ ਸੀ ਉਹ ਕਾਫੀ ਗੁੱਸੇ ਦੇ ਵਿੱਚ ਸੀ, ਉਸਨੇ ਲੜਕੇ ਦੇ ਹੋਰ ਵੀ ਪਰਿਵਾਰਕ ਮੈਂਬਰਾਂ ਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਕਾਮਯਾਬ ਨਹੀਂ ਹੋਇਆ, ਪਿੰਡ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਉਹ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਅੰਮ੍ਰਿਤਸਰ ਦੇ ਜਹਾਂਗੀਰ ਦਾ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਪੁਰਾਣੀ ਰੰਜਿਸ਼ ਨੂੰ ਲੈ ਕੇ 30 ਸਾਲ ਦੇ ਨੌਜਵਾਨ ਦਾ ਇੱਕ ਨਿਹੰਗ ਸਿੰਘ ਦੇ ਵੱਲੋਂ ਸ਼ਰੇਆਮ ਤਲਵਾਰਾਂ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ। ਇੱਦਾਂ ਆ ਬਾਬਾ ਜੀ, ਉਹ ਆਇਆ ਉਧਰੋਂ ਦੀ ਕੋਠੇ ਥਾਣੇ ਚੜ੍ਹ ਕੇ, ਪਹਿਲਾਂ ਰੋੜੇ ਮਾਰਦਾ ਰਿਹਾ ਕਿਤੇ, ਰੋੜੇ ਮਾਰਦਾ ਰਿਹਾ ਤੇ ਮੁੜ ਕੇ ਉਹ ਕੋਠੇ ਥਾਣੇ ਚੜ੍ਹ ਕੇ ਆ ਕੇ ਤੇ ਇੱਥੋਂ ਗਲ ਫੜ ਕੇ ਨਾ ਕੋਠੇ ਤੇ ਚੁੱਕ ਚੁੱਕ ਮਾਰਦਾ ਰਿਹਾ। ਆਹ ਉਹਦੀ ਮਾਂ ਮੁੰਡੇ ਦੀ, ਪਿਓ ਵੀ ਇੱਥੇ ਕਿਤੇ, ਤਰਪਾਨ ਨਾਲ ਫੜੀ ਉਹਦੇ, ਇਹਨਾਂ ਤੋਂ ਸਾਰੇ ਟੱਬਰ ਨੂੰ ਮਾਰਨ ਤੱਕ ਜਾਂਦਾ ਰਿਹਾ ਘਰ ਦੇ ਬੂਹੇ। ਉਹ ਆਇਆ ਨਾ, ਸਾਨੂੰ ਨਹੀਂ ਪਤਾ ਵੀ ਮੁੰਡੇ ਨੇ ਜਾਂ ਕੋਈ ਗਾਲ ਦਿੱਤੀ ਹੋਈ ਜਾਂ ਕੋਈ ਕੁਛ, ਸਾਨੂੰ ਨਹੀਂ ਪਤਾ। ਇਹਦੇ ਵਿੱਚ ਉਹਨੇ ਮਤਲਬ ਵੀ ਉੱਤੋਂ ਦੀ ਆ ਕੇ ਤੇ ਇਹਨੂੰ ਮਾਰਿਆ, ਚੁੱਕ ਕੇ ਇੰਝ ਕਰਕੇ 2-3 ਵਾਰੀ ਇਹਦੇ ਮਾਰਿਆ ਤੇ ਇਹਨੇ ਮੁੜ ਕੇ ਕਿਰਪਾਨ ਮਾਰੀ, ਕਿਰਪਾਨ ਮਾਰ ਕੇ ਵਾਢੀ ਗਿਆ। ਜਿਹਨੇ ਮਾਰਿਆ ਜੀ ਉਹ ਕੌਣ ਹੈ? ਉਹ ਸੁਖਦੇਵ ਸਿੰਘ। ਇੱਕੋ ਪਿੰਡ ਦੇ ਆ? ਹਾਂ, ਆਵੇ ਉਹਨਾਂ ਦਾ ਘਰ। ਕਿਹੜਾ ਪਿੰਡ ਹੈਗਾ ਜੀ? ਇਹ ਕਲੋਨੀ ਜਹਾਂਗੀਰ। ਮੁੰਡੇ ਦੀ ਕਿੰਨੀ ਉਮਰ ਸੀ? ਇਹਦੀ ਮਲਕੀਤ ਸਿੰਘ ਦੀ 35 ਸਾਲ ਹੈਗੀ ਆ। ਗੁੱਡੀ ਕੋ ਚਲ ਗਏ ਭਾਈ, ਇਹਨਾਂ ਦਾ ਮਲਕੀਤ ਹੀ, ਮੈਂ ਇਹਨਾਂ ਦਾ ਜੀਜਾ ਬੋਲਣ ਡਿਆ ਵੱਡਾ ਭਾਈ। ਮੈਂ ਮਜੀਠਾ ਰੋਡ ਗੰਡਾ ਸਿੰਘ ਵਾਲੇ ਰਹਿੰਦਾ ਵਾਂ ਜੀ, ਤੇ ਇਹਨਾਂ ਨੇ ਰਾਤ ਦੀ ਮੁੰਡੇ ਨਾਲ ਵਾਰਦਾਤ ਕਰਤੀ। ਇਹਨਾਂ ਦੇ ਬੈਕ ਸਾਈਡ ਹੀ ਮੁੰਡਾ ਰਹਿੰਦਾ ਵਾ, ਉਹਦਾ ਨਾਂ ਕੀ ਨਾ ਸੁਖਦੇਵ ਸਿੰਘ, ਤੇ ਬੈਕ ਸਾਈਡ ਦੇ ਆ। ਤੇ ਉਹ ਬਹੁਤ ਜਾਣਿਆਂ ਨੂੰ ਉੱਥੇ ਧਮਕੀਆਂ ਲਾਉਂਦਾ ਪਿੰਡ 'ਚ, ਬਹੁਤ ਵਾਰਦਾਤ ਪਿੰਡ 'ਚ ਕੀਤਾ। ਪਿੰਡ ਵਾਲੇ ਖੁਦ ਕਹਿਣ ਡਿਆ ਵੀ ਆਪਾਂ ਇਹਨੂੰ ਪਿੰਡੋਂ ਬਾਹਰ ਕੱਢਣਾ ਵਾ, ਆਖੇ ਤੋਂ ਪਿੰਡ ਵਾਲਿਆਂ ਦਾ ਫਿਰ ਬਿਆਨ ਲਾ ਲਓ, ਇੱਧਰੋਂ ਮਾਂ ਦਾ ਬਿਆਨ ਦਿਓ। ਮੁੰਡਾ ਮੇਰਾ ਸਾਲਾ ਕੀ ਕਰਨ ਕਰਨੇ ਹੀ ਸਰ ਵੀ ਉਹਨਾਂ ਨੇ ਆਪਣੇ ਮਾਂ ਪਿਓ ਨੂੰ ਮਾੜਾ ਮੋਟਾ ਤੂੰ ਤੂੰ ਮੈਂ ਚੱਲ ਗਈ, ਤੇ ਉਹ ਆਪਣੇ ਮਤਲਬ ਲੈਣ ਚੱਲ ਗਈ ਮੰਮਾ ਹੁਣ ਫਾਦਰੀ ਮਦਰ ਮੇਰੀ ਵੀ ਗੁੜੀਆ ਕੋਲ ਚੱਲ ਜਾਂਦੀ ਲੈ ਕੇ ਆਉਣੀ ਗੁੜੀਆਂ, ਮਗਰ ਉਹਨੇ ਵਾਰਦਾਤ ਕਰ ਦਿੱਤੀ। ਕਿੰਨੇ ਕੁ ਵਜੇ ਦਾ ਸਮਾਂ ਸੀ? ਇਹ ਸਮਾਂ ਕੋਈ 12-12:30 ਵਜੇ ਦਾ ਸਮਾਂ ਹੈਗਾ ਜੀ ਭਾਈ। ਇਹਨਾਂ ਦਾ ਮਲਕੀਤ ਹੀ, ਮੈਂ ਇਹਨਾਂ ਦਾ ਜੀਜਾ ਬੋਲਣ ਡਿਆ ਵੱਡਾ ਭਾਈ। ਮੈਂ ਮਜੀਠਾ ਰੋਡ ਗੰਡਾ ਸਿੰਘ ਵਾਲੇ ਰਹਿੰਦਾ ਵਾਂ ਜੀ, ਤੇ ਇਹਨਾਂ ਨੇ ਰਾਤ ਦੀ ਮੁੰਡੇ ਨਾਲ ਵਾਰਦਾਤ ਕਰਤੀ। ਇਹਨਾਂ ਦੇ ਬੈਕ ਸਾਈਡ ਹੀ ਮੁੰਡਾ ਰਹਿੰਦਾ ਵਾ, ਉਹਦਾ ਨਾਂ ਕੀ ਨਾ
ਯੂਪੀ ਨਾਲ ਸੁਖਦੇਵ ਸਿੰਘ ਤੇ ਬੈਕ ਸਾਈਡ ਤੇ ਆ ਤੇ ਉਹ ਬਹੁਤ ਜਾਣਿਆਂ ਨੂੰ ਉੱਥੇ ਧਮਕੀਆਂ ਧਮਕੀਆਂ ਲਾਉਂਦਾ ਪਿੰਡ 'ਚ ਬਹੁਤ ਵਾਰਦਾਤ ਪਿੰਡ 'ਚ ਕੀਤਾ ਪਿੰਡ ਵਾਲੇ ਖੁਦ ਕਹਿਣ ਡਿਆ ਵੀ ਆਪਾਂ ਇਹਨੂੰ ਪਿੰਡੋਂ ਬਾਹਰ ਕੱਢਣਾ ਵਾ ਆਖੇ ਤੋਂ ਪਿੰਡ ਵਾਲਿਆਂ ਦਾ ਫਿਰ ਬਿਆਨ ਲਾ ਲਓ ਇੱਧਰੋਂ ਮਾਂ ਦਾ ਬਿਆਨ ਦਿਓ ਮੁੰਡਾ ਮੇਰਾ ਸਾਲਾ ਕੀ ਕਰਨ ਕਰਨ ਇਹੀ ਸਰ ਵੀ ਉਹਨਾਂ ਨੇ ਆਪਣੇ ਮਾਂ ਪਿਓ ਨੂੰ ਮਾੜਾ ਮੋਟਾ ਤੂੰ ਤੂੰ ਮੈਂ ਚੱਲ ਗਈ ਅਤੇ ਉਹ ਆਪਣੇ ਮਤਲਬ ਲੈਣ ਚੱਲ ਗਈ ਮੰਮਾ ਉਹਨੂੰ ਫਾਦਰੀ ਮਦਰ ਮੇਰੀ ਵੀ ਆ ਗੁੜੀਆ ਕੋਲ ਚੱਲ ਜਾਣੀ ਲੈ ਕੇ ਆਉਣੀ ਗੁੜੀਆਂ ਮਗਰ ਉਹਨੇ ਵਾਰਦਾਤ ਕਰ ਦਿੱਤੀ ਕਿੰਨੇ ਕੁ ਵਜੇ ਦਾ ਸਮਾਂ ਸੀ ਇਹ ਸਮਾਂ ਕੋਈ 12:30 ਵਜੇ ਦਾ ਸਮਾਂ ਹੈਗਾ ਜੀ